ਸਰਕਾਰ ਦੀ ਢਿੱਲੀ ਕਾਰਵਾਈ ਕਰਕੇ 2 ਸਾਲਾਂ ਮਾਸੂਮ ਫਤਿਹਵੀਰ ਨੂੰ ਆਖਰ ਬਚਾ ਨਹੀਂ ਸਕੇ। 6 ਦਿਨਾਂ ਬਾਅਦ ਫਤਿਹ ਨੂੰ ਬੋਰਵੈਲ ਵਿੱਚੋਂ ਕੱਢਿਆ ਗਿਆ। ਢਿੱਲੀ ਕਾਰਵਾਈ ਖਿਲਾਫ ਹੁਣ ਲੋਕਾਂ ਦਾ ਗੁੱਸਾ ਸਰਕਾਰ ਖਿਲਾਫ ਨਿਕਲ ਰਿਹਾ। ਇਸ ਦੇ ਚੱਲਦਿਆਂ ਲੋਕਾਂ ਵੱਲੋਂ ਫਤਿਹਵੀਰ ਨੂੰ ਦੇਖਣ ਪਹੁੰਚੇ ਆਪ ਵਿਧਾਇਕ ਹਰਪਾਲ ਚੀਮਾ ਨੂੰ ਵੀ ਘੇਰ ਲਿਆ ਗਿਆ। ਜਵਾਬ ਹਾਂ ਜਾਂ ਨਾ ਵਿੱਚ ਚਾਹੀਦਾ ਵੀ ਉੱਥੇ ਸਾਡੀ ਸਰਕਾਰ ਕੋਲ ਇਹੋ ਜਿਹੀ ਕੋਈ ਤਕਨੀਕ ਨਹੀਂ ਵੀ ਬੱਚੇ ਨੂੰ ਹੋਰ ਵਿੱਚ ਕੱਢਿਆ। ਜਵਾਬ ਹਾਂ ਜਾਂ ਨਾ ਵਿੱਚ ਹੋਣਾ ਚਾਹੀਦਾ। ਪੰਜਾਬ ਸਰਕਾਰ ਕੋਲ ਕੋਈ ਅਜਿਹੀ ਤਕਨੀਕ ਨਹੀਂ ਹੈਗੀ ਜਿਹੜਾ ਬੱਚਾ ਕੱਢਿਆ ਜਾ ਸਕੇ, ਔਰ ਇਸੇ ਲਈ ਅਸੀਂ ਬੇਨਤੀ ਕੀਤੀ ਸੀ ਗਵਰਨਮੈਂਟ ਆਫ ਇੰਡੀਆ ਦੇ ਜਿਹੜੇ ਡਿਫੈਂਸ ਮਿਨਿਸਟਰ।